ਆਂਦੀ ਆ। ਵੇਖਿਆ ਕੋਈ ਬੀਬੀ ਕੁਚੱਜੀ ਹੋਣੀ ਹੈ ਵੀ ਜਿਹੜੀ ਰੋਟੀ ਬਣਾ ਕੇ ਪਹਿਲਾਂ ਆਪ ਕੌਲਾ ਭਰ ਲਵੇ। ਹੁੰਦੀਆਂ ਬੀਬੀਆਂ, ਇੱਦਾਂ ਹੁੰਦੀਆਂ ਹੀ ਨਹੀਂ ਬੀਬੀਆਂ। ਭੈਣਾਂ ਕੀ ਕਰਦੀਆਂ ਵੀ ਮਾਵਾਂ ਸਾਰੀਆਂ ਪ੍ਰਸ਼ਾਦਾ ਪਾਣੀ ਬਣਾ ਕੇ ਸਾਰਾ ਟੱਬਰ ਖਾ ਲੈਂਦਾ, ਬਾਅਦ ਚ ਬੇਬੇ ਖਾਂਦੀ ਹੁੰਦੀ, ਮਾਂ ਬਾਅਦ ਚ ਖਾਂਦੀ, ਜਾਂ ਫਿਰ ਮਾਵਾਂ ਚਲੋ ਆਪਾਂ ਸਾਰਾ ਟੱਬਰ ਰਲ ਕੇ ਖਾ ਲੈਂਦਾ, ਵਿੱਚ ਹੀ ਉਹ ਬਹਿ ਕੇ ਖਾ ਲੈਂਦੀ। ਪਰ ਇੱਦਾਂ ਤੇ ਕੁਚੱਜਾ ਹੀ ਹੁੰਦਾ, ਕੋਈ ਕਿਸੇ ਲਈ ਕਰਦਾ, ਫਿਰ ਤਾਂ ਹੀ ਤੇ ਮਾਂ ਮਾਂ ਹੁੰਦੀ ਹੈ ਨਾ, ਤਾਂ ਹੀ ਤੇ ਮਾਂ ਮਾਂ, ਤਾਂ ਹੀ ਤੇ ਕਹਿੰਦੇ ਦਿਲ ਵੱਡਾ ਹੁੰਦਾ ਔਰਤ ਦਾ ਸਾਡੇ ਨਾਲੋਂ। ਤੇ ਕਿਤੇ ਜੇ ਆਪਾਂ ਰੋਟੀ ਬਣਾਉਣ ਵਾਲੇ ਬੰਦੇ ਹੁੰਦੇ ਆਪਾਂ ਪਹਿਲਾਂ ਝੁਲਸ ਲੈਣੀ ਸੀ। ਆਪਾਂ ਇੱਦਾਂ ਕਰੀਏ, ਜੇ ਆਪਾਂ ਰੋਟੀ ਬਣਾਈਏ ਆਪਾਂ ਪਹਿਲਾਂ ਖਾਵਾਂਗੇ, ਸਾਡੇ 'ਚ ਸਬਰ ਨਹੀਂ, ਬੰਦੇ 'ਚ ਸਬਰ ਨਹੀਂ ਹੁੰਦਾ। ਆਪਾਂ ਨਾ ਤਾਂ ਰਾਲਾਂ ਡਿੱਗਣਗੀਆਂ ਵੇਖ ਕੇ ਵੀ ਇਹ ਤੇ ਬਣ ਗਈ ਸਬਜ਼ੀ, ਇਹ ਤੇ ਸਮੈਲ ਬਹੁਤ ਵਧੀਆ ਆਉਂਦੀ, ਸਾਡੇ ਤੋਂ ਤਾਂ ਰਿਹਾ ਹੀ ਨਹੀਂ ਜਾਣਾ। ਆਪਣੇ 'ਚ ਸਬਰ ਨਹੀਂ, ਇਹ ਬੀਬੀਆਂ ਸਬਰ ਕਰ ਲੈਂਦੀਆਂ ਸਾਰਿਆਂ ਨੂੰ ਖਵਾ, ਕਈ ਵਾਰੀ ਬਚਦਾ ਹੀ ਨਹੀਂ। ਮਾਮੇ ਕਿੰਨੇ ਕੁ ਕੇਲੇ ਲੈ ਕੇ ਆਉਂਦੇ ਹੁੰਦੇ ਸੀ, 6 ਕੇਲੇ 8 ਜੀ, ਤੇ ਬੇਬੇ ਮਾਂ ਵਾਲਾ ਵੀ ਵਿਚਾਰਾ ਕੇਲਾ ਜਿਹੜਾ ਉਹਨੂੰ ਵਿਚਾਰੀ ਨੂੰ ਹਿੱਸੇ 'ਚ ਮਿਲਦਾ ਸੀ, ਉਹ ਵੀ ਬੰਦਾ ਆਪ ਹੀ ਬੱਚੇ ਨੂੰ ਹੀ ਖਵਾ ਦਿੰਦੀ ਸੀ। ਫਿਰ ਹੁਣ ਆਪਣੇ 'ਚ ਸਬਰ ਕਿੱਥੇ ਹੁੰਦਾ ਬਈ, ਆਪਣੇ ਵਾਲਾ ਹਿੱਸਾ ਵੀ ਛੱਡ ਪਰੇ। ਪਰ ਮਾਂ 'ਚ ਹੁੰਦਾ, ਮਾਂ 'ਚ ਸਬਰ ਹੁੰਦਾ। ਔਰਤ ਨੂੰ ਕਈ ਅਸੀਂ ਜਾਂਦੇ ਹਾਂ, ਪਰ ਇਹ ਜਿਗਰਾ ਰੱਬ ਨੇ ਉਹਨੂੰ ਹੀ ਦਿੱਤਾ, ਜਿਹੜੀ ਹਰ ਚੀਜ਼ ਦੀ ਇੱਕ ਆਪੋ ਆਪਣੀ ਪੈਕੇਜ ਮਿਲਦਾ ਨਾ, ਹਰ ਚੀਜ਼ ਦੀ ਇੱਕ ਆਪਣੀ ਕੁਆਲਿਟੀ ਹੈ। ਬੰਦੇ ਵਿੱਚ ਕੁਛ ਕੁਆਲਿਟੀਜ਼ ਇੱਦਾਂ ਦੀਆਂ ਨੇ ਜਿਹੜੀਆਂ ਔਰਤ ਵਿੱਚ ਨਹੀਂ ਹੁੰਦੀਆਂ, ਅਤੇ ਕੁਛ ਔਰਤ ਵਿੱਚ ਕੁਆਲਿਟੀਜ਼ ਇੱਦਾਂ ਦੀਆਂ ਨੇ ਜਿਹੜੀਆਂ ਬੰਦੇ 'ਚ ਨਹੀਂ ਹੁੰਦੀਆਂ। ਇਹ ਸਬਰ ਹੈ ਜਿਹੜਾ ਉਹਦੇ 'ਚ ਹੈ, ਬੰਦੇ 'ਚ ਨਹੀਂ ਹੋ ਸਕਦਾ। ਅਤੇ ਕੁਛ ਚੀਜ਼ਾਂ ਬੰਦੇ 'ਚ ਇੱਦਾਂ ਦੀਆਂ ਜਿਹੜੀਆਂ ਔਰਤ 'ਚ ਨਹੀਂ ਹੋ ਸਕਦੀਆਂ, ਕੁਦਰਤ ਨੇ ਪੈਦਾ ਇੱਦਾਂ ਦਾ ਕੀਤਾ ਨਾ, ਤਾਂ ਕਰਕੇ। ਸੋ ਸਾਡੇ 'ਚ ਸਬਰ ਚਾਹੀਦਾ ਹੈ, ਸਬਰ। ਅਤੇ ਜਿਹੜਾ ਕੁਛ ਦੇਣ ਵਾਲੀ ਗੱਲ ਹੈ ਨਾ, ਵੀ ਮੈਂ ਕਰਨਾ, ਮੈਂ ਖਵਾਉਣਾ, ਮੈਂ ਕਰ ਲਵਾਂ, ਉਹ ਚੀਜ਼ ਹੈ ਜਿਹੜੀ ਉਹ ਫਿਰ ਮਾਂ ਬਣਾਉਂਦੀ ਹੈ, ਉਹ ਵੱਡਾ ਬਣਾ, ਉਹ ਕਦਰ ਪੈਂਦੀ ਹੈ ਫਿਰ ਸਾਨੂੰ। ਤਾਂ ਹੀ ਤਾਂ ਫਿਰ ਜਦੋਂ ਸੱਟ ਵੱਜਦੀ ਹੈ ਹਾਏ ਮਾਂ ਕਹਿੰਦਾ ਬੰਦਾ, ਇੱਦਾਂ ਹੀ ਕਹਿੰਦਾ ਜਦੋਂ ਕਦੇ ਸੱਟ ਵੱਜੂ ਤਾਂ ਤੁਰੇ ਜਾਂਦੇ ਹੋਈ, ਹਾਏ ਮਾਂ, ਇੱਦਾਂ ਮਾਂ ਯਾਦ ਆਉਂਦੀ ਹੈ ਫਿਰ। ਕਿਉਂ? ਕਿਉਂਕਿ ਉਹਨੇ ਕੀਤਾ ਸਾਡੇ ਲਈ, ਉਹਨੇ ਆਪਣੇ ਆਪ ਨੂੰ ਘੋਲ ਘੋਲ ਕੇ ਸਾਨੂੰ ਪਿਆਇਆ। ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਬੱਚੇ ਦੀਆਂ ਗੱਲਾਂ 'ਤੇ ਲਾਲੀ ਆਉਣ ਲੱਗ ਜਾਂਦੀ ਹੈ, ਅਤੇ ਮਾਂ ਦੀਆਂ ਗੱਲਾਂ ਵਿੱਚ ਧਸਣ ਲੱਗ ਜਾਂਦੀਆਂ। ਜਦੋਂ ਦੁੱਧ ਪੀਂਦਾ ਹੁੰਦਾ, ਬੱਚਾ, ਮਾਂ ਦੇ ਚਿਹਰੇ 'ਤੇ ਛਾਈਆਂ ਪੈਂਦੀਆਂ ਅਤੇ ਬੱਚੇ ਦਾ ਚਿਹਰਾ ਲਾਲ ਲਾਲ ਹੋਣ ਲੱਗ ਜਾਂਦਾ, ਉਹ ਐਂ ਸੁੱਕੀ ਜਾਂਦੀ ਹੈ, ਬੱਚਾ ਫੁੱਲੀ ਜਾਂਦਾ। ਪਰ ਮਾਂ ਨੂੰ ਬੱਚੇ ਨੂੰ ਫੁੱਲਦੇ ਨੂੰ ਵੇਖ ਕੇ ਸਵਾਦ ਆਉਂਦਾ, ਉਹਨੂੰ ਇਹ ਕਰਕੇ ਚੰਗਾ ਲੱਗਦਾ। ਉਹ ਕਹਿੰਦੀ ਮੈਂ ਭਾਵੇਂ ਸੁੱਕ ਜਾਂ ਪਰ ਮੇਰਾ ਬੱਚਾ ਵਧਣਾ ਚਾਹੀਦਾ। ਇਹ ਕੁਦਰਤ ਨੇ ਵੇਖੋ ਉਹਦੇ 'ਚ ਕਿੱਦਾਂ ਦਾ ਕੁਛ ਭਰਿਆ। ਅਤੇ ਅੱਜ ਜਿਹੜੀਆਂ ਮਾਵਾਂ ਤੁਹਾਡੇ 'ਚ ਬਜ਼ੁਰਗ ਹੋ ਗਈਆਂ, ਅਤੇ ਜੇ ਉਹਨੂੰ ਪੁੱਛਿਆ ਜਾਵੇ ਵੀ ਤੇਰੀ ਲਾਲੀ ਮੁੜ ਆਊਗੀ, ਤੇਰਾ ਬੱਚਾ ਸੁੱਕ ਜੂ, ਅੱਜ ਭਾਵੇਂ ਉਹਦਾ ਪੁੱਤ 40 ਸਾਲ ਦਾ ਵੀ ਹੋ ਚੁੱਕਿਆ ਅਤੇ ਮਾਂ ਆਪ 60 ਸਾਲ ਦੀ, 70 ਸਾਲ ਦੀ ਹੈ, 70 ਸਾਲ ਦੀ ਮਾਂ ਵੀ ਨਹੀਂ ਕਹਿੰਦੀ, ਕਹਿੰਦੀ ਮੈਂ ਮਰ ਜਾਂ ਭਾਵੇਂ, ਪਰ ਮੇਰੇ ਪੁੱਤ ਦੀ ਲਾਲੀ ਇੱਦਾਂ ਹੀ ਰਹਿਣੀ ਚਾਹੀਦੀ, ਇਹਦੀ ਚਮਕ ਨਾ ਖਤਮ ਹੋਵੇ। ਧੀਆਂ ਵਾਸਤੇ ਵੀ ਇੱਦਾਂ ਹੀ ਹੈ। ਤਾਂ ਕਰਕੇ ਆਓ ਆਪਾਂ ਇਸ ਗੱਲ ਨੂੰ ਸਮਝੀਏ ਕਿ ਜਿਹੜਾ ਕਿਸੇ ਲਈ ਕੁਛ ਕਰਨਾ ਹੁੰਦਾ ਹੈ ਉਹ ਤੁਹਾਡੀ ਕਦਰ ਪਵਾਉਂਦਾ ਹੈ।